ਅ ਦੋਸਤੋ ਮੈਂ ਹਮੰਗ ਜਿੰਦਲ ਟੂਡੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸਾਡਾ ਜਿਹੜਾ ਮਕਬੂਲ ਪ੍ਰੋਗਰਾਮ ਹੈ ਖਰੀਆਂ ਖਰੀਆਂ ਗੱਲਾਂ ਕੁਝ ਤਕਨੀਕੀ ਕਾਰਨਾਂ ਕਰਕੇ ਅੱਜ ਨਹੀਂ ਹੋ ਸਕਿਆ ਪਰ ਸਾਡੇ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦਾ ਹੈਗਾ ਕਿ ਕਦੋਂ ਟੂਡੇ ਨਿਊਜ਼ ਵਾਲੇ ਜਿਹੜੇ ਆਨ ਤੇ ਉਹਨਾਂ ਨੂੰ ਅਸੀਂ ਸੁਣੀਏ ਇਸੇ ਕਰਕੇ ਮੈਂ ਤੁਹਾਡੇ ਰੂਪ ਰੂਪ ਹੋਇਆਗਾ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਜੋ ਮੇਨ ਖਬਰ ਹੈ ਉਹ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਗੁਰਦੀਪ ਸਿੰਘ ਬਾਟ ਉਹਨਾਂ ਨੂੰ ਜ਼ਿਲ੍ਹਾ ਪਲੈਨਿੰਗ ਕਮੇਟੀ ਦਾ ਚੇਅਰਮੈਨ ਐਲਾਨਿਆ ਗਿਆਗਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਪਲੈਨਿੰਗ ਚੇਅਰਮੈਨ ਪਲੈਨਿੰਗ ਕਮੇਟੀਆਂ ਦੇ ਚੇਅਰਮੈਨ ਕੌਣ ਹੋਣਗੇ ਇਹਦੇ ਉੱਪਰ ਨਿਗਾਹਾਂ ਲੱਗੀਆਂ ਹੋਈਆਂ ਸੀਗੀਆਂ ਬੜੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਸੀਗਾ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ 15 ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਚੇਅਰਮੈਨ ਦਾ ਐਲਾਨ ਕੀਤਾ ਹੈ ਉਹਦੇ ਵਿੱਚ ਜਿਹੜੇ ਗੁਰਦੀਪ ਸਿੰਘ ਬਾਠ ਨੇ ਉਹਨਾਂ ਨੂੰ ਬਰਨਾਲਾ ਜਿਲ੍ਹਾ ਦੇ ਲਈ ਜਿਹੜਾ ਹੈ ਚੇਅਰਮੈਨ ਐਲਾਨਿਆ ਗਿਆ ਹੈਗਾ ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦਾ ਹਾਂ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨੂੰ ਹਮੇਸ਼ਾ ਹੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੋਈ ਬਲਾਕ ਲੈਵਲ ਦਾ ਪ੍ਰੈਜ਼ੀਡੈਂਟ ਹੋਵੇ ਜਾਂ ਮੁਹੱਲਾ ਲੈਵਲ ਦਾ ਤਾਂ ਉਹ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪ੍ਰਧਾਨਗੀयां ਪ੍ਰਧਾਨਗੀ ਵਾਲੀ ਗੱਲ ਆ ਜਾਂਦੀ ਹੈ ਪਰ ਜਿਹੜੇ ਗੁਰਦੀਪ ਸਿੰਘ ਬਾਠ ਹੋ ਰਿਹਾ ਉਹ ਹਮੇਸ਼ਾ ਪਿਛਲੀਆਂ ਲਾਈਨਾਂ ਦੇ ਵਿੱਚ ਜਿਵੇਂ ਖੜ ਖੜੋਂਨ ਦੀ ਖੜ ਕੇ ਰਹਿਣ ਦੀ ਗੁਰਦੀਪ ਬਾਠੋਰਾ ਨੂੰ ਹਮੇਸ਼ਾ ਇੱਕ ਵਰਕਰ ਦੇ ਤੌਰ ਤੇ ਹੀ ਪਾਰਟੀ ਦੇ ਵਿੱਚ ਕੰਮ ਕਰਦੇ ਦੇਖਿਆ ਹੈ ਕਦੇ ਵੀ ਮੈਂ ਉਹਨਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਪ੍ਰਧਾਨਗੀ ਵਰਲਾ ਜਿਹੜਾ ਉਹ ਇੱਕ ਸਟੇਟਸ ਹੁੰਦਾ ਹੈਗਾ ਉਹ ਦਿਖਾਉਂਦੇ ਉਹਨਾਂ ਨੂੰ ਕਦੇ ਵੀ ਨਹੀਂ ਦੇਖਿਆ ਹੈ ਤੇ ਚਾਹੇ ਜਿਵੇਂ ਗੁਜਰਾਤ ਇਲੈਕਸ਼ਨ ਹੈ ਜਾਂ ਪੰਜਾਬ ਦੇ ਵਿੱਚ ਜਿਹੜੀ ਸੰਗਰੂਰ ਬਾਈ ਇਲੈਕਸ਼ਨ ਹੋਈ ਲੋਕ ਸਭਾ ਦੀ ਤਾਂ ਹਮੇਸ਼ਾ ਉਹਨਾਂ ਨੇ ਨਿਠਕੇ ਕੰਮ ਕੀਤਾ ਹੈ ਤੇ ਕਿਤੇ ਨਾ ਕਿਤੇ ਮੈਂ ਦਰਸ਼ਕਾਂ ਦੇ ਧਿਆਨ ਦੇ ਵਿੱਚ ਇਹ ਗੱਲ ਵੀ ਲਿਆ ਦੇ ਆ ਕਿ ਜਦੋਂ ਸੰਗਰੂਰ ਬਾਈ ਇਲੈਕਸ਼ਨ ਹੋਣੀ ਸੀ ਤਾਂ ਉਹਨਾਂ ਦਾ ਨਾਮ ਵੀ ਇੱਕ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਵਿਚਾਰਿਆ ਗਿਆ ਸੀ ਪਰ ਐਨ ਮੌਕੇ ਜਿਹੜੇ ਗੁਰਮੀਲ ਸਿੰਘ ਸੀਗੇ ਉਹਨਾਂ ਨੂੰ ਇਹ ਟਿਕਟ ਦੇ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਜਿਹੜੇ ਗੁਰਦੀਪ ਬਾਟ ਸੀ ਉਹ ਡਿਸਪਾਇੰਟਡ ਤਾਂ ਸੀਗੇ ਪਰ ਰੈਜ਼ੈਂਟਮੈਂਟ ਉਹਨਾਂ ਦੇ ਕਦੇ ਵੀ ਦੇਖਣ ਨੂੰ ਨਹੀਂ ਮਿਲੀ ਕਿ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਂ ਪਾਰਟੀ ਤੋਂ ਲਾਂਬੇ ਹੋ ਜਾਾਂ ਜਾਂ ਆਪਣੀਆਂ ਸਰਗਰਮੀਆਂ ਘਟਾ ਦਾਂ ਹਮੇਸ਼ਾ ਉਹਨਾਂ ਨੇ ਹੋਰ ਵੀ ਵਧੇਰੇ ਵੱਧ ਚੜ ਕੇ ਪਾਰਟੀ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਭਗਵੰਤ ਮਾਨ ਹੋਰਾਂ ਨੇ ਉਹਨਾਂ ਜਿਹੜੀਆਂ ਸਰਗਰਮੀਆਂ ਦਾ ਉਹਨਾਂ ਦੀ ਮਿਹਨਤ ਦਾ ਜਿਹੜਾ ਮੁੱਲ ਹੈ ਅੱਜ ਉਹਨਾਂ ਨੂੰ ਚੇਅਰਮੈਨ ਬਣਾ ਕੇ ਉਹ ਤਾਰਿਆ ਹੈ ਉਹਨਾਂ ਨੂੰ ਸਿਲਾ ਦਿੱਤਾ ਹੈ ਆ ਇਹਦੇ ਵਿੱਚ ਇੱਕ ਮੈਂ ਉਮੀਦ ਕਰ ਦਿਆਂਗਾ ਕੱਲਾ ਮੈਂ ਹੀ ਕੀ ਉਮੀਦ ਕਰ ਦਿਆਂਗਾ ਕਿ ਬਰਨਾਲੇ ਜ਼ਿਲ੍ਹੇ ਦੇ ਲੋਕ ਉਮੀਦ ਕਰਦੇ ਨੇ ਕਿ ਜਿਹੜੇ ਜ਼ਿਲ੍ਹੇ ਦੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਵਿੱਚ ਖੜੋਤ ਆਈ ਹੋਈ ਹੈ ਗੁਰਦੀਪ ਬਾਠੌਰਾਂ ਦੇ ਚੇਅਰਮੈਨ ਬਣਨ ਦੇ ਨਾਲ ਉਹਨਾਂ ਦੇ ਵਿੱਚ ਤੇਜ਼ੀ ਆਏਗੀ ਇੱਕ ਰਫਤਾਰ ਫੜੇਗੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਪਰ ਕਿਤੇ ਨਾ ਕਿਤੇ ਪਿਛਲੇ ਕੁਝ ਸਮੇਂ ਤੋਂ ਅ ਅਜਿਹਾ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਆਮ ਆਦਮੀ ਪਾਰਟੀ ਬਰਨਾਲਾ ਦੇ ਵਿੱਚ ਇੱਕ ਖਾਊ ਪੀਊ ਮਹਿਕਮਾ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਇਮਰਜ ਹੋਇਆ ਹੈਗਾ ਇਮਰਜ ਮਤਲਬ ਦੇਖਣ ਨੂੰ ਮਿਲ ਰਿਹਾ ਹੈਗਾ ਉੱਪਰ ਉੱਪਰ ਕੇ ਆ ਰਿਹਾ ਹੈਗਾ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਆਮ ਆਦਮੀ ਪਾਰਟੀ ਬਰਨਾਲਾ ਦੇ ਵਿੱਚ ਜਿਹੜਾ ਇੱਕ ਖਾਊ ਪੀਊ ਨੇਤਾਵਾਂ ਦਾ ਜਿਹੜਾ ਹੈ ਉਹ ਮਹਿਕਮਾ ਵੀ ਉੱਪਰ ਕੇ ਸਾਹਮਣੇ ਆ ਰਿਹਾ ਹੈਗਾ ਤਾਂ ਜਿਹੜੇ ਗੁਰਦੀਪ ਬਾਠ ਨੇ ਉਹਨਾਂ ਨੇ ਜੇ ਇੱਕ ਇਮਾਨਦਾਰ ਨੇਤਾ ਦੀ ਇੱਕ ਇਮਾਨਦਾਰ ਚੇਅਰਮੈਨ ਦੀ ਛਵੀ ਬਣਾ ਕੇ ਰੱਖਣੀ ਹੈ ਬਰਕਰਾਰ ਰੱਖਣੀ ਹੈਗੀ ਤਾਂ ਉਹਨਾਂ ਨੂੰ ਗੁਰਦੀਪ ਬਾਠੋਰਾ ਨੂੰ ਉਹਨਾਂ ਨੇਤਾਵਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਮੈਂ ਉਮੀਦ ਕਰ ਦੇਗਾ ਕਿ ਜਿਸ ਤਰ੍ਹਾਂ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਜਿਵੇਂ ਆਪਾਂ ਕਹਿੰਦੇ ਆ ਇਸ ਚੇਅਰਮੈਨੀ ਦੇ ਅਹੁਦੇ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਪਹੁੰਚੇ ਹੈਗੇ ਤੇ ਮੈਂ ਉਮੀਦ ਕਰ ਦਿਆਂਗਾ ਕਿ ਉਹ ਟੂਡੇ ਨਿਊਜ਼ ਵੱਲੋਂ ਜਿਹੜੀਆਂ ਕਈਆਂ ਗੀਆਂ ਗੱਲਾਂ ਆ ਉਹਦੇ ਉੱਤੇ ਗੌਰ ਕਰਨਗੇ ਤੇ ਇੱਕ ਵਧੀਆ ਚੇਅਰਮੈਨ ਸਾਬਿਤ ਹੋਣਗੇ ਇਸ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈ